ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਫਿਰ ਕੁੰਭ ਰਾਸ਼ੀ ਵਾਲਿਆਂ ਦੇ ਲਈ ਇੱਕ ਸਪੈਸ਼ਲ ਵੀਡੀਓ ਬਣਾਈ ਗਈ ਹੈ, ਕਿਉਂਕਿ ਫਿਰ ਤੋਂ ਹੋ ਰਿਹਾ ਹੈ ਗ੍ਰਹਿ ਜਿਹੜੇ ਹਨ ਉਹਨਾਂ ਦਾ ਫੇਰ ਬਦਲ। ਇਸ ਵਾਰ ਜੋ ਗ੍ਰਹਿ ਕੁੰਭ ਰਾਸ਼ੀ ਵਿੱਚ ਆ ਰਹੇ ਹਨ 18 ਦਿਨਾਂ ਤੱਕ, ਯਾਨੀ ਕਿ 7 ਮਾਰਚ ਤੋਂ 26 ਮਾਰਚ ਤੱਕ, ਇਹ ਜੋ 18 ਦਿਨ ਹਨ ਉਹ ਤੁਹਾਡੇ ਲਈ ਬਹੁਤ 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 ਜ਼ਿਆਦਾ ਖਾਸ ਹਨ, ਬਹੁਤ ਖਾਸ ਹੋਣ ਵਾਲੇ ਹਨ। ਕੁਝ ਲੋਕਾਂ ਨੇ ਮੈਨੂੰ ਪੁੱਛਿਆ ਸੀ ਕਿ ਸਾਡਾ ਘਰ ਬਣ ਜਾਏਗਾ ਜਾਂ ਫਿਰ ਵਿਦੇਸ਼ ਦਾ ਸਾਡਾ ਬਣ ਜਾਏਗਾ ਜਾਂ ਨਹੀਂ ਬਣੇਗਾ, ਪੀਆਰ ਦਾ ਬਣੇਗਾ ਜਾਂ ਨਹੀਂ ਬਣੇਗਾ। ਇਹ ਸਭ ਸਵਾਲਾਂ ਦੇ ਜਵਾਬ ਅੱਗੇ ਜਾ ਕੇ ਮੈਂ ਵੀਡੀਓ ਵਿੱਚ ਦੇਣ ਵਾਲੀ ਹਾਂ, ਇਸ ਕਰਕੇ ਤੁਸੀਂ ਵੀਡੀਓ ਪੂਰੀ ਦੇਖਣੀ ਹੈ, ਕਿਉਂਕਿ ਕਈ ਲੋਕ ਕੀ ਕਰਦੇ ਹਨ ਨਾ, ਬਸ ਵਿੱਚੋਂ ਵਿੱਚੋਂ ਵੀਡੀਓ ਸੁਣਦੇ ਹਨ, ਫਿਰ ਕਹਿੰਦੇ ਹਨ ਕਿ ਜੋ ਤੁਸੀਂ ਕਿਹਾ ਸੀ ਉਹ ਨਹੀਂ ਹੋਇਆ। ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਪੂਰੀ ਵੀਡੀਓ ਸੁਣੋ, ਅਸੀਂ ਉਸ ਵੀਡੀਓ ਵਿੱਚ ਅੱਗੇ ਜਾ ਕੇ ਤੁਹਾਡੇ ਨਾਲ ਕੀ ਹੋਏਗਾ, ਕੀ ਸਾਵਧਾਨੀਆਂ ਵਰਤਣੀਆਂ ਹਨ, ਕੀ ਉਪਾਅ ਹਨ, ਸਭ ਦੱਸਦੇ ਹਾਂ। ਦੂਜਾ, ਵੀਡੀਓ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲੇ ਇੱਕ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ, ਉਹ ਇਹ ਕਿ ਤੁਸੀਂ ਜੋ ਕਮੈਂਟ ਕਰਦੇ ਹੋ, ਮੈਂ ਪੂਰੇ ਕਮੈਂਟ ਤੁਹਾਡੇ ਪੜ੍ਹਦੀ ਹਾਂ, ਅੱਛੇ ਕਮੈਂਟਸ ਵੀ ਪੜ੍ਹਦੀ ਹਾਂ, ਬੁਰੇ ਕਮੈਂਟਸ ਵੀ ਪੜ੍ਹਦੀ ਹਾਂ। ਕਈ ਕੁੰਭ ਰਾਸ਼ੀ ਵਾਲੇ ਇਹ ਕਮੈਂਟ ਕਰਦੇ ਹਨ ਕਿ ਕੁੰਭ ਰਾਸ਼ੀ ਵਾਲਿਆਂ ਦਾ ਕਦੀ ਵੀ ਕੁਝ ਅੱਛਾ ਨਹੀਂ ਹੁੰਦਾ ਜਾਂ ਅੱਛਾ ਨਹੀਂ ਹੋ ਸਕਦਾ, ਸਾਡੇ ਜੀਵਨ ਵਿੱਚ ਤਾਂ ਸਿਰਫ ਦੁੱਖ ਹੀ ਦੁੱਖ ਹਨ। ਦੇਖੋ, ਮੈਨੂੰ ਯਕੀਨ ਮੰਨਣਾ, ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਇਸ ਤਰ੍ਹਾਂ ਦੇ ਕਮੈਂਟਸ ਪੜ੍ਹ ਕੇ, ਦਿਲ ਵਿੱਚ ਨਾ ਦਰਦ ਹੁੰਦਾ ਹੈ। ਦੇਖੋ, ਕੁੰਭ ਰਾਸ਼ੀ ਦੇ ਸਵਾਮੀ ਕੌਣ ਹਨ? ਸ਼ਨੀ ਦੇ, ਜੋ ਕਿ ਖੁਦ ਕਰਮਦਾਤਾ ਹਨ। ਤੇ ਉਸੀ ਰਾਸ਼ੀ ਦੇ ਲੋਕ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਤੁਸੀਂ ਦੱਸੋ ਕਿ ਦੂਜਿਆਂ ਦਾ ਕੀ ਹੋਏਗਾ। ਮੈਂ ਅੱਜ ਕੁੰਭ ਰਾਸ਼ੀ ਵਾਲਿਆਂ ਨੂੰ ਪੁੱਛਦੀ ਹਾਂ ਕਿ ਦੁਨੀਆਂ ਵਿੱਚ ਲੱਖਾਂ ਲੋਕ ਕੁੰਭ ਐਕਵੇਰੀਅਸ ਰਾਸ਼ੀ ਵਾਲੇ ਹਨ, ਹੈ ਨਾ, ਤੇ ਉਹ ਲੋਕ ਸਰਚ ਕਰ ਲੈਣਾ, ਨੈਟ ਵਿੱਚ ਬਹੁਤ ਵੱਡੇ ਸਨਮਾਨਿਤ ਤੇ ਰਿਚ ਲੋਕ ਹਨ, ਬੜਾ ਪੈਸਾ ਕਮਾ ਰਹੇ ਹਨ। ਤੇ ਜੇਕਰ ਉਹ ਅਮੀਰ, ਸੁਖੀ ਤੇ ਖੁਸ਼ ਹੋ ਸਕਦੇ ਹਨ, ਉਹ ਵੀ ਤਾਂ ਕੁੰਭ ਰਾਸ਼ੀ ਵਾਲੇ ਹਨ ਨਾ, ਤਾਂ ਤੁਸੀਂ ਕਿਉਂ ਨਹੀਂ? ਚਲੋ, ਅੱਜ ਤੁਹਾਨੂੰ ਨਾ ਮੈਂ ਇੱਕ ਐਸੀ ਟੈਕਨੀਕ ਦੱਸਦੀ ਹਾਂ ਜਿਸ ਨੂੰ ਕਰਕੇ ਤੁਸੀਂ ਵੀ ਦੁਨੀਆਂ ਦੇ ਸਭ ਤੋਂ ਸੁਖੀ ਤੇ ਅਮੀਰ ਇਨਸਾਨ ਬਣ ਸਕਦੇ ਹੋ। ਕਿਸ ਤਰ੍ਹਾਂ ਕਰਨਾ ਕੀ ਹੈ? ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜੋ ਤੁਸੀਂ ਚਾਹੁੰਦੇ ਹੋ ਨਾ ਕਿ ਉਹ ਮੇਰਾ ਕੰਮ ਹੋ ਜਾਵੇ, ਉਸ ਨੂੰ ਬੋਲਣਾ ਹੈ ਕਿ ਮੈਨੂੰ ਇਹ ਜੋਬ ਮਿਲ ਜਾਵੇ, ਹੈ ਨਾ, ਮਤਲਬ ਮਿਲ ਜਾਵੇ ਨਹੀਂ ਬੋਲਣਾ ਹੈ, ਅੱਗੇ ਮੈਂ ਵੀਡੀਓ ਚ ਦੱਸਣ ਵਾਲੀ ਹਾਂ ਤੁਹਾਨੂੰ ਕਿ ਜੋਬ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਇੰਨਾ ਪੈਸਾ ਚਾਹੀਦਾ ਹੈ ਜਾਂ ਮੈਨੂੰ ਮੇਰਾ ਕਰਜ਼ਾ ਉਤਰ ਜਾਵੇ, ਜੋ ਵੀ ਤੁਸੀਂ ਚਾਹੁੰਦੇ ਹੋ, ਉਸ ਨੂੰ ਤੁਸੀਂ ਰਾਤ ਨੂੰ ਬੋਲ ਕੇ ਸੋਣਾ ਹੈ ਤੇ ਸਵੇਰੇ ਉੱਠ ਕੇ ਵੀ ਤੁਸੀਂ ਉਸ ਨੂੰ ਬੋਲਣਾ ਹੈ। ਤੇ ਬੋਲਣਾ ਕੀ ਹੈ? ਕਿ ਮੇਰਾ ਕੰਮ ਹੋ ਗਿਆ। ਇਹ ਨਹੀਂ ਬੋਲਣਾ ਕਿ ਮੇਰਾ ਕੰਮ ਹੋ ਜਾਵੇ, ਜਿਹੜਾ ਵੀ ਕੰਮ ਤੁਸੀਂ ਚਾਹੁੰਦੇ ਹੋ, ਇਹ ਬੋਲਣਾ ਹੈ ਕਿ ਮੇਰਾ ਕੰਮ ਹੋ ਗਿਆ। ਤੇ ਇਹ ਸੋਚਣਾ ਹੈ ਕਿ ਬੋਲਣ ਵੇਲੇ ਕਿ ਮੇਰਾ ਕੰਮ ਹੋ ਗਿਆ ਹੈ, ਤੇ ਇਕਦਮ ਤੁਸੀਂ ਸਮਾਈਲਿੰਗ ਫੇਸ ਰੱਖਣਾ ਹੈ, ਠੀਕ ਹੈ, ਬੋਲਦਿਆਂ ਬੋਲਦਿਆਂ ਸਮਾਈਲਿੰਗ ਫੇਸ ਰੱਖਣਾ ਹੈ, ਨਾ ਕਿ ਰੋਣੀ ਸ਼ਕਲ ਬਣਾ ਕੇ ਰੱਖਣੀ ਹੈ, ਕਿਉਂਕਿ ਦੇਖੋ, ਰੋਣ ਵਾਲਿਆਂ ਦਾ ਕਦੀ ਕੁਝ ਨਹੀਂ ਹੋ ਸਕਦਾ। ਰੱਬ ਵੀ ਕਹਿੰਦਾ ਹੈ ਕਿ ਇਹ ਇਨਸਾਨ ਤਾਂ ਹਮੇਸ਼ਾ ਰੋਂਦਾ ਹੀ ਰਹਿੰਦਾ, ਜਿੰਨਾ ਮਰਜ਼ੀ ਮੈਂ ਇਸ ਨੂੰ ਦੇ ਦੇਵਾਂ, ਇਹ ਰੋਂਦਾ ਹੀ ਰਹਿੰਦਾ, ਇਸ ਨੂੰ ਤਾਂ ਰੋਂਦਾ ਹੀ ਛੱਡ ਦੇ। ਇਸ ਕਰਕੇ ਹਮੇਸ਼ਾ ਖੁਸ਼ ਰਹੋ ਤੇ ਖੁਸ਼ੀਆਂ ਆਣਗੀਆਂ ਹੀ ਆਣਗੀਆਂ। ਸੋ
ਚਲੋ ਰਾਤੀ ਤਾਂ ਇੱਕ ਮੈਂ ਤੁਹਾਨੂੰ ਦੱਸਿਆ ਬੋਲ ਕੇ ਸੋਣਾ ਹੈ ਸਮਾਈਲਿੰਗ ਫੇਸ ਨਾਲ, ਇਸੀ ਤਰ੍ਹਾਂ ਸਵੇਰੇ ਉੱਠ ਕੇ ਵੀ ਬੋਲਣਾ ਹੈ। ਕਈ ਲੋਕਾਂ ਨੂੰ ਇਸ ਨਾਲ ਫਾਇਦਾ ਹੋਇਆ ਹੈ। ਸਿਰਫ ਸੋਚਣ ਨਾਲ ਕੀ ਜਾਂਦਾ ਹੈ, ਤੁਹਾਡਾ ਕੁਝ ਲੱਗ ਤਾਂ ਨਹੀਂ ਰਿਹਾ। ਸਮਾਈਲਿੰਗ ਫੇਸ ਰੱਖ ਲਵੋ, ਠੀਕ ਹੈ, ਸੋਚੋ ਕਿ ਮੇਰੇ ਨਾਲ ਇਹ ਹੋ ਗਿਆ ਹੈ, ਕਿਉਂਕਿ ਜਦੋਂ ਅਸੀਂ ਰਾਤ ਨੂੰ ਸੋ ਜਾਂਦੇ ਹਾਂ ਨਾ, ਤਾਂ ਸਾਡਾ ਸਰੀਰ ਤਾਂ ਸੋ ਜਾਂਦਾ ਹੈ, ਅੱਖਾਂ ਬੰਦ ਹੋ ਜਾਂਦੀਆਂ ਹਨ, ਪਰ ਸਾਡਾ ਮਨ, ਅਵਚੇਤਨ ਮਨ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਉਹ ਬ੍ਰਹਿਮੰਡ ਯੂਨੀਵਰਸ ਨਾਲ ਜੁੜ ਜਾਂਦਾ ਹੈ ਤੇ ਬ੍ਰਹਿਮੰਡ ਨਾਲ ਜੋ ਕਨੈਕਟਿਵਿਟੀ ਜੋ ਹੈ ਉਹ ਵੱਧ ਜਾਂਦੀ ਹੈ। ਸੋ ਇਹ 18 ਦਿਨਾਂ ਦਾ ਗ੍ਰਹਿਆਂ ਦਾ ਫੇਰ ਬਦਲ ਵਿੱਚ ਤੁਸੀਂ ਜਿਸ ਤਰ੍ਹਾਂ ਦਾ ਸੋਚੋਗੇ ਉਸੀ ਤਰ੍ਹਾਂ ਦਾ ਹੀ ਤੁਹਾਡੇ ਨਾਲ ਹੋਵੇਗਾ। ਮੈਂ ਇਸ ਕਰਕੇ ਇਹ ਪੂਰਾ ਤੁਹਾਨੂੰ ਦੱਸਿਆ ਹੈ, ਤੁਹਾਨੂੰ ਦੱਸਣ ਤੋਂ ਪਹਿਲੇ ਕਿ ਤੁਹਾਡੇ ਨਾਲ ਕੀ ਅੱਛਾ ਹੋਣਾ ਹੈ, ਇਹ ਸਮਝਾਉਣਾ ਤੁਹਾਨੂੰ ਬਹੁਤ ਜ਼ਰੂਰੀ ਸੀ ਕਿ ਐਟਲੀਸਟ ਇਹ 18 ਦਿਨਾਂ ਦੇ ਅੰਦਰ ਤਾਂ ਤੁਸੀਂ ਆਪਣੇ ਬਾਰੇ ਅੱਛਾ ਅੱਛਾ ਹੀ ਸੋਚੋ, ਕਿਉਂਕਿ ਇਹ ਜਿਹੜੇ 18 ਦਿਨ ਹਨ ਤੁਸੀਂ ਚੰਗਾ ਸੋਚਣ ਵਾਲਿਆਂ ਦਾ ਚੰਗਾ ਹੋਵੇਗਾ, ਮਾੜਾ ਤੇ ਆਪਣੇ ਆਪ ਨੂੰ ਕੋਸਣ ਵਾਲਿਆਂ ਦਾ ਕੁਝ ਵਧੀਆ ਨਹੀਂ ਹੋਏਗਾ। ਇਸ ਗੱਲ ਦਾ ਇਹ 18 ਦਿਨ ਵਿੱਚ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ। ਤੇ ਚਲੋ ਜੀ, ਹੁਣ ਗੱਲ ਕਰ ਲੈਂਦੇ ਹਾਂ ਕਿ ਇਹ 18 ਦਿਨ ਵਿੱਚ ਕੀ ਅੱਛਾ ਹੋਣ ਵਾਲਾ ਹੈ ਤੇ ਕੀ ਸਾਵਧਾਨੀਆਂ ਰੱਖਣੀਆਂ ਹਨ। ਉਸ ਤੋਂ ਪਹਿਲਾਂ ਸ਼ਾਰਟ ਵਿੱਚ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਕਿਹੜੇ ਗ੍ਰਹਿ ਕਿਹੜੇ ਪਲੈਨਟ ਆ ਰਹੇ ਹਨ ਸਾਡੀ ਕੁੰਭ ਰਾਸ਼ੀ ਵਿੱਚ। ਦੇਖੋ, ਸਿੰਪਲ ਭਾਸ਼ਾ ਦਾ ਇਸਤੇਮਾਲ ਕਰਾਂਗੀ, ਜੋਤਿਸ਼ ਭਾਸ਼ਾ ਤੁਹਾਨੂੰ ਬੋਰ ਕਰ ਦਿੰਦੀ ਹੈ, ਤੇ ਇਸ ਕਰਕੇ ਮੈਂ ਬਿਲਕੁਲ ਸਿੰਪਲ ਭਾਸ਼ਾ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਕਿ ਸ਼ਨੀ ਜੋ ਕਿ ਕੁੰਭ ਰਾਸ਼ੀ ਵਿੱਚ ਵਿਰਾਜਮਾਨ ਹੈ, ਠੀਕ ਹੈ, ਤੇ ਹੁਣ 7 ਮਾਰਚ ਤੋਂ ਸ਼ੁਕਰ ਗ੍ਰਹਿ ਜੋ ਹੈ ਉਹ ਵੀ ਕੁੰਭ ਰਾਸ਼ੀ ਵਿੱਚ ਆ ਜਾਏਗਾ। ਤਾਂ ਸ਼ਨੀ ਤੇ ਸ਼ੁਕਰ ਮਿਲ ਜਾਣਗੇ, ਹੈ ਨਾ, ਤੇ ਜਦੋਂ ਸ਼ਨੀ ਤੇ ਸ਼ੁਕਰ ਗ੍ਰਹਿ ਆਪਸ ਵਿੱਚ ਮਿਲਦੇ ਹਨ ਤਾਂ ਕੋਈ ਵੀ ਮਨੁੱਖ ਆਪਣੀ ਇੱਛਾ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜ਼ਰੂਰ ਪੂਰੀ ਹੁੰਦੀ, ਠੀਕ ਹੈ। ਤੇ 14 ਮਾਰਚ ਤੋਂ ਮੰਗਲ ਗ੍ਰਹਿ ਵੀ ਸ਼ਨੀ ਨਾਲ ਵਿਰਾਜਮਾਨ ਹੋ ਜਾਣਗੇ, ਨਾਲ ਦੇ ਨਾਲ 14 ਮਾਰਚ ਨੂੰ ਸੂਰਜ ਗ੍ਰਹਿ ਵੀ ਵਿਰਾਜਮਾਨ ਹੋਣਗੇ। ਕਹਿਣ ਦਾ ਭਾਵ ਇੱਕੋ ਹੀ ਰਾਸ਼ੀ ਵਿੱਚ 4-4 ਗ੍ਰਹਿ ਦਾ ਬੈਠਣਾ ਬਹੁਤ ਵੱਡੇ ਪਰਿਵਰਤਨ ਲਿਆਏਗਾ ਤੁਹਾਡੇ ਜੀਵਨ ਵਿੱਚ। ਸਭ ਤੋਂ ਪਹਿਲਾਂ ਕੀ ਹੋਵੇਗਾ ਤੁਹਾਡੇ ਜੀਵਨ ਵਿੱਚ, ਜੋ ਤੁਸੀਂ ਅਸਮੰਜਸ ਵਿੱਚ ਬੈਠੇ ਹੋ, ਹੈ ਨਾ, ਜੋ ਤੁਹਾਡੇ ਦਿਮਾਗ ਵਿੱਚ ਅਸਮੰਜਸ ਵਿੱਚ ਤੁਹਾਡਾ ਚੱਲ ਰਿਹਾ ਹੈ ਕਿ ਮੇਰੀ ਲਾਈਫ ਵਿੱਚ ਅੱਛਾ ਕੀ ਹੈ ਬੁਰਾ ਕੀ ਹੈ, ਤੁਹਾਨੂੰ ਸਮਝ ਨਹੀਂ ਆ ਰਿਹਾ ਹੈ, ਕਨਫਿਊਜ਼ਨ ਹੈ, ਤਾਂ ਸਭ ਤੋਂ ਪਹਿਲਾਂ ਤੁਸੀਂ ਕੁਇਕ ਡਿਸੀਜ਼ਨ ਲਵੋਗੇ, ਫੈਸਲਾ ਲਵੋਗੇ, ਜਿਸ ਤਰ੍ਹਾਂ ਕਿ ਤੁਸੀਂ ਸੋਚ ਰਹੇ ਹੋ ਕਿ ਮੈਨੂੰ ਵਪਾਰ ਕਰਨਾ ਹੈ ਜਾਂ ਨੌਕਰੀ ਕਰਨੀ ਹੈ, ਹੈ ਨਾ, ਕਿਸੇ ਨਾਲ ਪਾਰਟਨਰਸ਼ਿਪ ਵਿੱਚ ਜਾਣਾ ਹੈ ਜਾਂ ਫਿਰ ਘਰ ਵਿੱਚ ਐਵੇਂ ਹੀ ਬੈਠੇ ਰਹਿਣਾ ਹੈ। ਤਾਂ ਇਹ ਜੋ ਖਾਸ ਦਿਨ ਹਨ, ਹੋ ਸਕਦਾ ਹੈ ਤੁਹਾਨੂੰ ਕੋਈ ਮੋਟਾ ਇਨਵੈਸਟਰ ਮਿਲ ਜਾਵੇ ਜਾਂ ਤੁਹਾਨੂੰ ਪ੍ਰੋਪਰ ਸਪੋਰਟ ਵੀ ਕਰ ਦੇਵੇ ਉਹ ਬੰਦਾ, ਤੇ ਨਾਲ ਦੇ ਨਾਲ ਤੁਸੀਂ ਆਪਣੀ ਜੌਬ ਜਾਂ ਵਪਾਰ ਵਿੱਚ ਜੋ ਪਰਿਵਰਤਨ ਦੀ ਸੋਚ ਰਹੇ ਸੀ ਉਸ ਦਾ ਫੈਸਲਾ ਤੁਸੀਂ ਲੈ ਲਵੋਗੇ। ਹੁਣ ਇਹ ਨਹੀਂ ਸੋਚੋਗੇ ਕਿ ਸਾਹਮਣੇ ਵਾਲਾ ਮੈਨੂੰ ਇੱਜ਼ਤ ਤਾਂ ਦੇ ਰਿਹਾ ਹੈ ਪਰ ਪੈਸੇ ਨਹੀਂ ਦੇ ਰਿਹਾ, ਤਾਂ ਠੀਕ ਹੈ ਤੇ ਕੋਈ ਗੱਲ ਨਹੀਂ, ਜਿਸ ਤਰ੍ਹਾਂ ਚੱਲ ਰਿਹਾ ਉਸ ਤਰ੍ਹਾਂ ਚੱਲਣ ਦੋ। ਨਹੀਂ, ਹੁਣ ਤੁਸੀਂ ਆਪਣਾ ਸੋਚੋਗੇ, ਸੈਲਫਿਸ਼ ਹੋ ਕੇ ਦੁਨੀਆ ਭਾਵੇਂ ਕਿਧਰੇ ਵੀ ਜਾਵੇ ਪਰ ਤੁਸੀਂ ਹੁਣ ਆਪਣਾ ਸੋਚੋਗੇ। ਦੂਜਾ ਹੁਣ ਆਪਾਂ ਗੱਲ ਕਰੀਏ ਤਾਂ ਦੇਖੋ ਸ਼ਨੀ ਕੀ ਕਰ ਰਿਹਾ ਹੈ ਨਾ,
ਗੱਲ ਗੱਲ ਤੇ ਤੁਹਾਨੂੰ ਗੁੱਸਾ ਆ ਰਿਹਾ ਸੀ ਨਾ, ਜਿਸ ਦੇ ਕਾਰਨ ਰਿਸ਼ਤੇਦਾਰਾਂ ਨਾਲ ਜਾਂ ਆਪਣੇ ਹੀ ਪਿਤਾ ਜੀ ਨਾਲ ਜੋ ਤੁਹਾਡੇ ਰਿਸ਼ਤੇ ਖਰਾਬ ਹੋ ਰਹੇ ਸੀ, ਜਾਂ ਫਿਰ ਮੈਰਿਡ ਲਾਈਫ ਵਿੱਚ, ਦੰਪਤੀ ਜੀਵਨ ਵਿੱਚ ਜੋ ਤੁਸੀਂ ਕ੍ਰਿਟੀਕਲ ਪੋਜੀਸ਼ਨ ਵਿੱਚ ਚੱਲ ਰਹੇ ਹੋ, ਤੁਹਾਡੇ ਵਾਦ ਵਿਵਾਦ ਬਹਿਸਬਾਜੀ ਚੱਲ ਰਹੀ ਹੈ, ਡਿਵੋਰਸ ਲੈਣਾ ਚਾਹ ਰਹੇ ਹੋ ਪਰ ਡਿਵੋਰਸ ਵੀ ਨਹੀਂ ਲੈ ਪਾ ਰਹੇ ਹੋ, ਤੁਹਾਨੂੰ ਉਹਨਾਂ ਨੇ ਫਸਾ ਕੇ ਰੱਖਿਆ ਹੋਇਆ ਹੈ, ਤੁਸੀਂ ਕਿਸੇ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਹੋ, ਤੁਸੀਂ ਕਿਸੇ ਦੂਜੇ ਨੂੰ ਪਸੰਦ ਕਰਦੇ ਹੋ ਪਰ ਵਿਆਹ ਨਹੀਂ ਸੈੱਟ ਹੋ ਰਿਹਾ ਹੈ। ਦੂਜੇ ਪਾਸੇ ਜੇ ਤੁਸੀਂ ਪਤੀ ਪਤਨੀ ਸੈਪਰੇਟ ਅਲੱਗ ਅਲੱਗ ਹੋ ਤਾਂ ਇੱਕ ਨਹੀਂ ਹੋ ਪਾ ਰਹੇ ਹੋ, ਇਹੀ ਸਭ ਕਰ ਰਿਹਾ ਹੈ ਸ਼ਨੀ। ਪਰ ਹੁਣ ਜਿਸ ਤਰ੍ਹਾਂ ਕਿ ਮੰਗਲ ਸ਼ਨੀ ਦੇ ਨਾਲ ਜਦੋਂ ਮਿਲੇਗਾ ਹੈ ਨਾ, ਤਾਂ ਹੁਣ ਤੁਸੀਂ ਆਪਣੀ ਮਜ਼ਬੂਤੀ ਨਾਲ ਇਸ ਵਾਰ ਤੁਸੀਂ ਆਪਣੇ ਬਾਰੇ ਫੈਸਲਾ ਲਵੋਗੇ। ਹੋ ਸਕਦਾ ਹੈ ਡਿਵੋਰਸ ਫਾਈਲ ਕਰ ਦੋ, ਜਾਂ ਫਿਰ ਤੁਸੀਂ ਸੋਚਿਆ ਹੈ ਕਿ ਹੁਣ ਅਸੀਂ ਨਾਲ ਨਾਲ ਰਹਿਣਾ ਹੈ ਹਸਬੈਂਡ ਵਾਈਫ ਨੇ, ਤਾਂ ਆਪਣੀਆਂ ਗਲਤੀਆਂ ਨੂੰ ਭੁਲਾ ਕੇ ਇੱਕ ਨਾਲ ਰਹਿਣ ਦਾ ਫੈਸਲਾ ਵੀ ਲਵੋਗੇ। ਤੇ ਜੋ ਲੋਕ ਵਿਆਹ ਕਰਨਾ ਚਾਹ ਰਹੇ ਸੀ, ਰਿਸ਼ਤੇ ਵੀ ਚੰਗੇ ਆ ਰਹੇ ਸੀ, ਤਾਂ ਹੁਣ ਇਹ ਸਮਾਂ ਵਧੀਆ ਹੈ ਉਹਨਾਂ ਦਾ ਇਕੱਠੇ ਹੋਣ ਦਾ, ਯਾਨੀ ਕਿ ਵਿਆਹ ਕਰਨ ਦਾ। ਤੀਜਾ, ਉਹ ਲੋਕ ਜੋ ਵਿਦੇਸ਼ ਜਾਣਾ ਚਾਹੁੰਦੇ ਹਨ, ਮੈਨੂੰ ਕਮੈਂਟ ਵਿੱਚ ਕਈ ਪੁੱਛ ਵੀ ਰਹੇ ਸਨ ਕਈ ਲੋਕ ਕਿ ਵਿਦੇਸ਼ ਦਾ ਦੱਸੋ, ਪੀਆਰ ਦਾ ਦੱਸੋ, ਤਾਂ ਦੇਖੋ ਜੀ, ਜਿਨ੍ਹਾਂ ਨੂੰ ਵਿਦੇਸ਼ ਜਾਣ ਵਿੱਚ ਦਿੱਕਤ ਆ ਰਹੀ ਸੀ, ਤਾਂ ਹੁਣ ਵਿਦੇਸ਼ ਜਾਣ ਲਈ ਰਸਤੇ ਖੁੱਲ ਜਾਣਗੇ, ਖੁੱਲਣੇ ਚਾਲੂ ਹੋ ਜਾਣਗੇ, ਕਿਉਂਕਿ ਜਦੋਂ ਸ਼ਨੀ ਸ਼ੁਕਰ ਤੇ ਮੰਗਲ ਦੀ ਯੁਤੀ ਹੋਵੇਗੀ ਨਾ, ਭਾਵ ਜਦੋਂ ਇਹ ਤਿੰਨੋਂ ਇਕੱਠੇ ਹੁੰਦੇ ਹਨ, ਤਾਂ ਜਿੰਨੇ ਵੀ ਲੋਕਾਂ ਨੂੰ ਵਿਦੇਸ਼ ਜਾਣ ਬਾਰੇ ਆਉਣ ਵਾਲੀਆਂ ਦਿੱਕਤਾਂ ਸੀ, ਉਹ ਉਹਨਾਂ ਦੀਆਂ ਦੂਰ ਹੋ ਜਾਣਗੀਆਂ। ਠੀਕ ਹੈ, ਹੁਣ ਆਪਾਂ ਚੌਥਾ ਗੱਲ ਕਰਦੇ ਹਾਂ ਕਿ ਸਾਨੂੰ ਕੀ ਫਾਇਦਾ ਹੋਏਗਾ। ਚੌਥਾ, ਤੁਸੀਂ ਦੇਖੋ ਬਹੁਤ ਸਮੇਂ ਤੋਂ ਸੋਚ ਰਹੇ ਸੀ ਕਿ ਆਪਣੀ ਕੋਈ ਸੰਪਤੀ, ਪ੍ਰੋਪਰਟੀ ਜਾਂ ਆਪਣਾ ਘਰ ਲੈਣਾ ਚਾਹ ਰਹੇ ਸੀ, ਕਿਉਂ ਮੈਨੂੰ ਇਸ ਬਾਰੇ ਵੀ ਕਮੈਂਟ ਆਏ ਹਨ ਕਿ ਸਾਡਾ ਘਰ ਬਣ ਜਾਏਗਾ, ਸਾਡਾ ਘਰ ਕਦੋਂ ਬਣੇਗਾ, ਤਾਂ ਹੁਣ ਜਿਹੜਾ ਟਾਈਮ ਆਇਆ ਹੈ, ਤੁਹਾਨੂੰ ਜੋ ਤੁਹਾਡੇ ਘਰ ਨਹੀਂ ਬਣ ਰਿਹਾ ਸੀ, ਪ੍ਰੋਪਰਟੀ ਨਹੀਂ ਬਣ ਰਹੀ ਸੀ, ਤਾਂ ਹੁਣ ਜੋ ਨਹੀਂ ਮਿਲ ਪਾ ਰਿਹਾ ਸੀ ਉਹ 100% ਮਿਲਦਾ ਨਜ਼ਰ ਆ ਰਿਹਾ ਹੈ। ਇਹ ਸਭ ਤੋਂ ਜ਼ਿਆਦਾ ਲਾਭ ਦੇ ਸੰਕੇਤ ਹਨ ਜੋ ਦਿਖ ਰਹੇ ਹਨ। ਇਸ ਤੋਂ ਇਲਾਵਾ ਸ਼ਨੀ ਤੇ ਮੰਗਲ ਦੀ ਯੁਤੀ ਹੋਣ ਕਰਕੇ ਅਚਾਨਕ ਧਨ ਦੀ ਪ੍ਰਾਪਤੀ ਦੇ ਅਵਸਰ ਤੁਹਾਡੇ ਜੀਵਨ ਵਿੱਚ ਖੁੱਲਣਗੇ ਹੀ ਖੁੱਲਣਗੇ, ਨਾਲ ਦੇ ਨਾਲ ਜੋ ਲੋਕ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਤੁਹਾਡੇ ਬਾਰੇ ਗਲਤ ਬੋਲ ਰਹੇ ਸੀ, ਉਹਨਾਂ ਨੂੰ ਤੁਸੀਂ ਸਾਈਡ ਲਾਈਨ ਕਰ ਦੇਵੋਗੇ ਤੇ ਬੜੀ ਹੀ ਮਜ਼ਬੂਤੀ ਨਾਲ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋਗੇ। ਤੇ ਇਹ 23 ਅਪ੍ਰੈਲ ਤੱਕ ਤੁਹਾਡਾ ਜੋ ਇਹ ਚੀਜ਼ਾਂ ਹਨ ਜ਼ਿੰਦਗੀ ਬਦਲ ਕੇ ਰੱਖ ਦੇਣਗੀਆਂ। ਸੋ ਐਸੀ ਅੱਜ ਦਾ